ਬ੍ਰੇਕ ਤੋਂ ਬਾਅਦ ਸਵਾਗਤ ਹੈ ਭਾਈ ਸਾਹਿਬ ਜੀ ਆਪ ਜੀ ਦਾ। ਆਪ ਜੀ ਨੇ ਬਹੁਤ ਵਧੀਆ ਕਲੀਅਰ ਕੀਤਾ ਮੌਤ ਦਾ। ਜੇ ਗੁਰਬਾਣੀ ਮੌਤ ਦੀ ਗੱਲ ਕਰਦੀ ਆ, ਸਾਨੂੰ ਇੰਨਾ ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਬਹੁਤ ਨਿਰਾਸ਼ਾਵਾਦੀ ਜੀ ਗੱਲ ਲੱਗਦੀ ਆ, ਵੀ ਬਹੁਤ ਨਿਰਾਸ਼ਗੀ ਜੀ ਵਾਲੀ ਗੱਲ ਹੈ ਗੁਰਬਾਣੀ ਕਹਿੰਦੀ ਮੌਤ ਦੀ ਗੱਲ ਕਰਦੀ ਇਸ ਵੇਲੇ ਇਹਦੇ ਬਾਰੇ। ਹਾਂਜੀ ਸਿਧਾਰਥ ਸਿੰਘ ਜੀ, ਸਾਨੂੰ ਤਕਰੀਬਨ ਲੱਗਦਾ ਏਦਾਂ ਹੀ ਹੈ ਵੀ ਮੌਤ ਦੀਆਂ ਗੱਲਾਂ ਸੋਚ ਕੇ ਕਿਉਂ ਉਦਾਸ ਹੋਣਾ, ਨਿਰਾਸ਼ ਹੋਣਾ। ਤੇ ਪਰ ਤੁਹਾਨੂੰ ਹੈਰਾਨੀ ਹੋਏਗੀ, ਗੁਰਬਾਣੀ ਪੜ੍ਹ ਕੇ ਜਦੋਂ ਮੌਤ ਦੇ ਜਿੱਥੇ ਵੀ ਬਚਨ ਆਣਗੇ, ਮੌਤ ਨਿਰਾਸ਼ ਨਹੀਂ ਕਰਦੀ। ਨਿਰਾਸ਼ ਨਹੀਂ ਕਰਦੀ, ਉਹ ਕਿਵੇਂ? ਮੌਤ ਤਿਆਰੀ ਕਰਦੀ ਹੈ ਸਾਡੀ, ਨਿਰਾਸ਼ ਨਹੀਂ ਕਰਦੀ, ਤਿਆਰੀ ਕਰਦੀ ਹੈ, ਪ੍ਰਪੇਅਰਿੰਗ ਕਰਦੀ ਹੈ ਖੁਸ਼ੀ ਖੁਸ਼ੀ ਦੁਨੀਆਂ ਤੋਂ ਜਾਣਦੀ। ਨਿਰਾਸ਼ ਨਹੀਂ, ਮੌਤ ਦਾ ਦੁੱਖ ਇਸ ਕਰਕੇ ਨਹੀਂ ਹੈ ਕਿ ਮੌਤ ਸਾਡੀ ਜ਼ਿੰਦਗੀ ਖਤਮ ਕਰ ਦਿੰਦੀ ਹੈ। ਮੌਤ ਦਾ ਦੁੱਖ ਇਸ ਕਰਕੇ ਹੈ, ਜੋ ਅਸੀਂ ਖੂਨ ਪਸੀਨੇ ਦੀ ਕਮਾਈ ਨਾਲ ਜੋੜਿਆ, ਕਮਾਇਆ, ਇਕੱਠਾ ਕੀਤਾ, ਜਿਨ੍ਹਾਂ ਕੋਲੋਂ ਲੁਕਾ ਕੇ ਰੱਖਿਆ, ਮੌਤ ਉਹਨੂੰ ਤਹਿਸ ਨਹਿਸ ਕਰ ਦੇਗੀ। ਜਿਨ੍ਹਾਂ ਤੋਂ ਚੀਜ਼ਾਂ ਲੁਕਾਈਆਂ ਉਹਨਾਂ 'ਚ ਵੰਡ ਦੇਣੇ। ਮੌਤ ਦਾ ਦੁੱਖ ਇਸ ਕਰਕੇ ਵੀ ਜਿਹੜਾ ਮੈਂ ਏਡਾ ਵੱਡਾ ਸਾਮਰਾਜ ਖੜਾ ਕੀਤਾ ਸੀ, ਸੁੱਖ ਭੋਗਣ ਵਾਲੇ ਇਕੱਠੇ ਕੀਤੇ ਸਨ, ਉਹ ਸਾਰੇ ਖੁਸ਼ ਜਾਣਗੇ, ਨਾਲ ਨਹੀਂ ਚੱਲੇ। ਮੌਤ ਮੇਰੇ ਇਹਨਾਂ ਪਦਾਰਥਾਂ ਨੂੰ ਤਹਿਸ ਨਹਿਸ ਕਰ ਦੇਗੀ, ਦੁੱਖ ਇਸ ਕਰਕੇ। ਗੁਰੂ ਸਾਹਿਬ ਨੇ ਕੀ ਕੀਤਾ, ਜਾਣ ਲੱਗਿਆਂ ਸਿੱਖ ਦੁਖੀ ਨਾ ਹੋਵੇ, ਰੋਵੇ ਨਾ, ਉਹਦੀ ਤਿਆਰੀ ਕਰ ਦਿੱਤੀ। ਮੌਤ ਪ੍ਰਿਪਰੇਸ਼ਨ ਹੈ, ਮੌਤ ਤਿਆਰੀ ਹੈ ਸਾਡੀ, ਉਹ ਪ੍ਰਿਪੇਅਰ ਕਰ ਰਹੀ ਹੈ ਸਾਨੂੰ ਕਿ ਕਿਵੇਂ ਇਸ ਦੁਨੀਆਂ ਤੋਂ ਵਿਦਾ ਹੋਣਾ ਹੈ, ਉਹ ਤਿਆਰੀ ਕਰ ਰਹੀ ਸਾਡੀ। ਇਹੀ ਕਾਰਨ ਗੁਰਬਾਣੀ ਦੇ ਬੇਅੰਤ ਪ੍ਰਮਾਣ ਨੇ, ਜਦੋਂ ਅਸੀਂ ਦੇਖਦੇ ਹਾਂ ਮੌਤ ਨਾਲ ਸੰਬੰਧਿਤ ਪ੍ਰਮਾਣਾਂ ਨੂੰ, ਤੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਮੈਂ ਖੁਸ਼ੀ ਖੁਸ਼ੀ ਦੁਨੀਆਂ ਤੇ ਆਇਆ ਹੱਸਦਿਆਂ, ਤੇ ਹੱਸਦਿਆਂ ਖੇਡਦੇ ਹੀ ਜਾ ਰਹੇ। ਪੁਰਾਣੇ ਜ਼ਮਾਨੇ ਦੇ ਵਿੱਚ, ਜਾਂ ਇੱਦਾਂ ਕਹਿ ਲਓ ਅੱਜ ਵੀ, ਅਮੀਰ ਦੇ ਘਰ ਕੋਈ ਪ੍ਰਾਹੁਣਾ ਆਉਣਾ ਹੋਵੇ ਨਾ, ਤੇ ਅਮੀਰ ਪਹਿਲਾਂ ਹੀ ਤਿਆਰੀ ਕਰ ਲੈਂਦਾ ਸਾਰੀ, ਪਤਾ ਵੀ ਪੰਜ ਪ੍ਰਾਹੁਣਿਆਂ ਨੇ ਆਉਣਾ ਸਾਡੇ ਘਰ, ਤੇ ਪੰਜਾਂ ਵਾਸਤੇ ਇੰਨੀ ਸਬਜ਼ੀ ਚਾਹੀਦੀ ਹੈ, ਇੰਨਾ ਸਲਾਦ ਚਾਹੀਦਾ, ਇੰਨੇ ਫਲ ਚਾਹੀਦੇ ਨੇ, ਇੰਨੀ ਮਠਿਆਈ ਚਾਹੀਦੀ ਹੈ, ਉਹਨਾਂ ਨੇ ਰਾਤ ਰਹਿਣਾ ਵੀ ਹੈ, ਫਿਰ ਮੰਜੇ ਬਿਸਤਰੇ ਵੀ ਉਨੇ ਚਾਹੀਦੇ ਨੇ, ਟੋਵਲਸ ਚਾਹੀਦੇ ਨੇ, ਜਲ ਵਗੈਰਾ ਸਾਰਾ ਕੁਛ, ਉਹ ਪੂਰੀ ਤਿਆਰੀ ਕਰਦੇ ਨੇ। ਅਮੀਰ ਆਪਣੇ ਘਰ ਮਹਿਮਾਨਾਂ ਦੇ ਆਉਣ ਤੋਂ ਪਹਿਲਾਂ ਪੂਰੀ ਤਿਆਰੀ ਕਰ ਲੈਂਦਾ ਹੈ, ਮੇਰੀ ਬੇਇੱਜ਼ਤੀ ਨਾ ਕਰਨਾ, ਵੀ ਆਹ ਚੀਜ਼ਾਂ ਚਾਹੀਦੀਆਂ ਨੇ, ਮਹਿਮਾਨਾਂ ਨੂੰ ਕੋਈ ਦਿੱਕਤ ਨਾ ਆਵੇ। ਕਿਸੇ ਦੇ ਘਰ ਮਹਿਮਾਨ ਆਇਆ, ਅਮੀਰ ਸੇਠ ਦੇ ਹਵੇਲੀ ਦੇ ਵਿੱਚ ਪ੍ਰਾਹੁਣਾ ਆਇਆ, ਉਸ ਸੇਠ ਨੇ ਉਸ ਮਹਿਮਾਨ ਦੀ ਆਓ ਭਗਤ ਕੀਤੀ, ਉਹਨੂੰ ਚਾਹ ਪਾਣੀ ਛਕਾਇਆ, ਉਹਨੂੰ ਭੋਜਨ ਛਕਾਇਆ, ਉਹਦੀ ਸੇਵਾ ਲਈ ਨੌਕਰ ਹਾਜ਼ਰ ਕਰ ਦਿੱਤਾ, ਆਹ ਤੇਰੇ ਨੌਕਰ ਹੈ, ਕੋਈ ਕੰਮ ਕਹਿਣਾ ਵੀ ਇਹਨੂੰ ਕਹਿ ਦੇ, ਜਿੰਨੇ ਦਿਨ ਰਹਿਣਾ ਤੂੰ ਰਹਿ ਇੱਥੇ ਖੁਸ਼ੀ ਦੇ ਨਾਲ। ਉਹਨੂੰ ਸੌਣ ਵਾਸਤੇ ਕਮਰਾ ਦੇ ਦਿੱਤਾ, ਬੈੱਡ ਪਲੰਗ ਸਾਰੇ, ਬਿਸਤਰੇ ਨਾਂ ਤੋਂ ਐਵਰੀਥਿੰਗ, ਉਹਦੇ ਸਾਰੇ ਸੁੱਖਾਂ ਦਾ ਪ੍ਰਬੰਧ ਕਰ ਦਿੱਤਾ। ਹੁਣ ਉਸ ਮਹਿਮਾਨ ਨੂੰ ਜਦੋਂ ਕੁਛ ਚਾਹੀਦਾ ਹੁੰਦਾ, ਉਹ ਨੌਕਰ ਨੂੰ ਕਹਿੰਦਾ, ਨੌਕਰ ਲੈ ਕੇ ਦੌੜਿਆ ਚਲਾਉਂਦਾ ਹੈ, ਨੌਕਰ ਵੀ ਇੱਕ ਨਹੀਂ ਫਿਰ ਦੂਸਰਾ ਨੌਕਰ, ਫਿਰ ਤੀਸਰਾ ਨੌਕਰ ਵੀ, ਚੌਥਾ ਵੀ, ਕਈ ਨੌਕਰ ਉਹਦੀ ਸੇਵਾ ਲਈ ਹਾਜ਼ਰ ਨੇ। ਉਹਨੇ ਬੜੀ ਐਸ਼ ਕੀਤੀ, ਦੋ ਦਿਨ, ਤਿੰਨ ਦਿਨ, ਚਾਰ ਦਿਨ ਖੂਬ ਉਹਦੀ ਸੇਵਾ ਹੋਈ। ਇੱਕ ਦਿਨ ਕਿਤੇ ਉਹ ਸੇਠ ਦੀ ਕੋਠੀ ਦੇ ਬਾਹਰ ਉਹ ਸੈਰ ਕਰ ਰਿਹਾ ਸੀ, ਉਹੀ ਆਦਮੀ ਮਹਿਮਾਨ ਟਹਿਲ ਰਿਹਾ ਸੀ ਕੋਠੀ ਦੇ ਬਾਹਰ, ਸੈਰ ਕਰਦਿਆਂ ਕਰਦਿਆਂ ਉਹਨੂੰ ਕਿਤੇ ਪੁਰਾਣਾ ਮਿੱਤਰ ਤੁਰਿਆ ਜਾਂਦਾ ਮਿਲ ਪਿਆ। ਮਿੱਤਰ ਨੇ ਦੇਖਦਿਆਂ ਪਛਾਣ ਲਿਆ, ਤੂੰ ਇੱਥੇ ਇੱਥੇ ਕੀ ਕਰ ਰਿਹਾ, ਇਹ ਕੋਠੀ ਤੇਰੀ ਹੈ, ਤੂੰ ਇੱਥੇ ਰਹਿੰਦਾ। ਜਦੋਂ ਕਿਹਾ ਨਾ ਕੋਠੀ ਤੇਰੀ, ਉਹਦੇ ਅੰਦਰ ਆ ਗਿਆ ਅਹੰਕਾਰ, ਕਹਿੰਦਾ ਕਿ ਹਾਂ ਇਹ ਮੇਰੀ ਕੋਠੀ ਹੈ, ਮੈਂ ਇੱਥੇ ਰਹਿੰਦਾ ਵਾਂ। ਜਦੋਂ ਕਹਿੰਦਾ ਕੋਠੀ ਮੇਰੀ, ਉੱਤੇ ਖੜਾ ਸੀ ਮਾਲਕ, ਉਹਨੇ ਸੁਣ ਲਿਆ, ਆਇਆ ਪ੍ਰਾਹੁਣਾ ਸਾਡੇ ਘਰੇ, ਕਹਿਣ ਲੱਗਿਆ ਮੇਰੀ ਕੋਠੀ। ਉਹ ਸੇਠ ਨੇ ਕਹਿ ਦਿੱਤਾ, ਭਾਈ ਹੁਣ ਆਪਣਾ ਬੋਰੀਆ ਬਿਸਤਰਾ ਚੁੱਕ ਤੇ ਤੁਰਦਾ ਹੋ। ਇਹ ਹਾਲਤ ਸਾਡੀ ਹੈ, ਇਹ ਧਰਤੀ ਰੱਬ ਦਾ ਸੋਹਣਾ ਘਰ ਹੈ, ਇਹ ਜੱਗ ਸੱਚੇ ਕੀ ਹੈ, ਕੋਠੜੀ, ਰੱਬ ਦੀ ਸੋਹਣੀ ਕੋਠੀ ਹੈ ਸੰਸਾਰ। ਰੱਬ ਦੀ ਕੋਠੀ ਵਿੱਚ ਜੀਵ ਹੈ ਮਹਿਮਾਨ, ਤੇ ਜੀਵ ਮਹਿਮਾਨ ਨੂੰ ਦਿੱਕਤ ਨਾ ਹੋਵੇ,
ਦੇਖਿਆ ਉਸ ਰੱਬ ਨੇ ਵੀ ਮੇਰੇ ਮਹਿਮਾਨ ਦੇ ਮੂੰਹ ਚ ਦੰਦ ਨਹੀਂ ਹੈ, ਕਿਤੇ ਇਹਨੂੰ ਦਿੱਕਤ ਨਾ ਹੋਵੇ, ਦੁੱਧ ਦਾ ਪਹਿਲਾਂ ਪ੍ਰਬੰਧ ਕਰ ਰੱਖਿਆ ਉਹਨੇ ਮਹਿਮਾਨ ਦੇ ਆਉਣ ਤੋਂ ਪਹਿਲਾਂ, ਉਸ ਮਹਿਮਾਨ ਨੇ ਆਉਣਾ ਜਿਹਦੇ ਮੂੰਹ ਚ ਦੰਦ ਨਹੀਂ ਸੀ, ਦੁੱਧ ਦਾ ਪ੍ਰਬੰਧ ਕਰ ਦਿੱਤਾ, ਇਸ ਛੋਟੇ ਮਹਿਮਾਨ ਦੇ ਆਉਣ ਤੋਂ ਪਹਿਲਾਂ ਹੀ ਦੁੱਧ ਦਾ ਪ੍ਰਬੰਧ ਕਰ ਦਿੱਤਾ, ਫਿਰ ਇਹਦੇ ਲਈ ਭੋਜਨ ਦਾ ਪ੍ਰਬੰਧ, ਇਹਦੇ ਲਈ ਇਹਨੇ ਸਾਹ ਲੈਣਾ, ਇੰਨੀ ਹਵਾ ਪੈਦਾ ਕਰ ਦਿੱਤੀ ਵੀ ਸਾਹ ਲੈਣ ਚ ਦਿੱਕਤ ਨਾ ਆਏ, ਇਹਨੇ ਪਾਣੀ ਵੀ ਪੀਣੇ, ਪਾਣੀ ਦਾ ਪ੍ਰਬੰਧ ਕਰ ਦਿੱਤਾ ਤਾਂ ਕਿ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਲਏ, ਭੋਜਨ ਚਾਹੀਦਾ, ਇਹਨੇ ਪੂਰੀ ਧਰਤੀ ਇਹੋ ਜਿਹੀ ਬਣਾ ਦਿੱਤੀ ਜਿੱਥੇ ਮਰਜ਼ੀ ਬੀਜ ਬੂਜ ਕੇ ਆਪਣਾ ਅਨਾਜ ਫਲ ਕਰ ਲਏ, ਅਨਾਜ ਫਲ ਸਬਜ਼ੀਆਂ ਧਰਤੀ ਚੋਂ ਨਿਕਲ ਰਹੀਆਂ ਨੇ, ਉਹਨੇ ਆਪਣੀ ਕੋਠੀ ਵਿੱਚ ਅਨਾਜ ਦਾ ਪ੍ਰਬੰਧ ਵੀ ਕੀਤਾ, ਫਲਾਂ ਸਬਜ਼ੀਆਂ ਪੌਦਿਆਂ ਦਾ ਪ੍ਰਬੰਧ ਕੀਤਾ ਹੋਇਆ, ਫਿਰ ਹਵਾ ਦਾ ਪ੍ਰਬੰਧ, ਪਾਣੀ ਦਾ ਪ੍ਰਬੰਧ, ਅੱਗ ਦਾ ਪ੍ਰਬੰਧ, ਗੱਲ ਕੀ ਫਿਰ ਉਹਨੇ ਦੇਖਿਆ ਵੀ ਮੇਰਾ ਮਹਿਮਾਨ ਬੋਰ ਨਾ ਹੋ ਜਾਏ, ਉਹਨੇ 6 ਰੁੱਤਾਂ ਪੈਦਾ ਕਰ ਦਿੱਤੀਆਂ, ਕਦੀ ਸਰਦੀ, ਕਦੀ ਗਰਮੀ, ਕਦੀ ਬਸੰਤ, ਕਦੀ ਬਹਾਰ, ਕਦੀ ਪਤਝੜ, ਕਦੀ ਵਰਖਾ, ਰਾਤੀ ਰੁੱਤੀ, ਥਿੱਤੀ ਵਾਰ, ਪਵਨ, ਪਾਣੀ, ਅਗਨੀ, ਪਾਤਾਲ, ਇਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਉਹਦੇ ਚ ਧਰਤੀ ਧਰਮਸਾਲ ਬਣਾ ਦਿੱਤੀ, ਇਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ, ਅਨੇਕ ਅਨੰਤ, ਬੜੇ ਜੀਵ ਜੰਤੂ ਪੈਦਾ ਕਰ ਦਿੱਤੇ, ਸਾਰੇ ਉਹਦੇ ਮਹਿਮਾਨ ਨੇ, ਉਸ ਮਾਲਕ ਨੇ, ਮਨੁੱਖ ਜਿਹੜਾ ਨਾ ਇਸ ਧਰਤੀ ਤੇ ਮਹਿਮਾਨ ਹੈ, ਰੱਬ ਨੇ ਕਿਹਾ ਇਹਨੂੰ ਨੌਕਰ ਵੀ ਦੇ ਦਿਆਂ, ਜਿੰਨੇ ਜੀਵ ਜੰਤੂ ਸੀ ਧਰਤੀ ਦੇ ਸਾਰੇ ਨੌਕਰ ਇਹਦੀ ਸੇਵਾ ਚਲਾ ਦਿੱਤੇ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਸਰਦਾਰ ਬਣਾ ਵੀ ਸਾਰੀ ਜੋਨ ਤੇਰੀ ਪਾਣੀਹਾਰ ਹੈ, ਤੇਰੀ ਸੇਵਾ ਕਰੇਗੀ, ਤੂੰ ਇੱਥੋਂ ਦਾ ਸਿੱਖਦਾਰ ਹੈ, ਮੈਨੇ ਚੌਧਰੀ ਹੈ, ਮਾਲਕ ਨਹੀਂ, ਚੌਧਰੀ ਚੌਧਰੀ ਆ, ਹੁਕਮ ਚਲਾ, ਸਿੱਖਦਾਰ ਹੈ, ਮਾਲਕ ਨਹੀਂ ਹੈ, ਮਾਲਕ ਕੀ ਬਾਤ ਹੈ, ਫਿਰ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ, ਹੁਣ ਇਸ ਸਰੀਰ ਦਾ ਗੁਰੂ ਪਵਨ ਹੈ, ਜੀਓ ਦਾ ਗੁਰੂ ਸ਼ਬਦ ਹੈ, ਸ਼ਬਦ ਤੋਂ ਉਤਪਤੀ ਹੈ, ਨਾਮ ਕਿਤਾਰੇ ਸਵਰੇ ਜਾਂਦੇ, ਜੀਓ ਦਾ ਗੁਰੂ ਸਾਡਾ ਗੁਰੂ ਸ਼ਬਦ ਹੈ, ਸ਼ਬਦ ਗੁਰੂ ਸੋਚਦਾ, ਪਰ ਇਸ ਸਰੀਰ ਦਾ ਗੁਰੂ ਹਵਾ ਹੈ, ਜਿਵੇਂ ਗੁਰੂ ਮਿਲੇ ਤੇ ਜੀਵਨ ਹੈ, ਗੁਰੂ ਤੋਂ ਵਿਛੜ ਜਾਈਏ ਤੇ ਮੌਤ ਹੈ, ਸਰੀਰ ਨੂੰ ਸਾਹ ਮਿਲੇ ਤੇ ਜੀਵਨ ਹੈ, ਸਾਹ ਨਾ ਮਿਲੇ ਤੇ ਮੌਤ ਹੈ, ਇਸ ਕਰਕੇ ਸਰੀਰ ਦਾ ਗੁਰੂ ਪਵਨ ਹੋ ਗਿਆ, ਪਵਨ ਗੁਰੂ, ਪਾਣੀ ਪਿਤਾ, ਪਾਣੀ ਦੀ ਬੂੰਦ ਤੋਂ ਸਰੀਰ ਦੀ ਉਤਪਤੀ ਹੈ, ਪਾਣੀ ਪਿਤਾ ਹੋ ਗਿਆ, ਜਿਵੇਂ ਮਾਂ ਬੱਚੇ ਨੂੰ ਗੋਦ ਚ ਥਾਂ ਦਿੰਦੀ ਹੈ, ਇਸ ਸਰੀਰ ਨੂੰ ਧਰਤੀ ਨੇ ਗੋਦ ਚ ਥਾਂ ਦਿੱਤੀ ਹੋਈ ਹੈ, ਮਾਤਾ ਧਰਤ ਮਹਤ, ਦਿਨ ਤੇ ਰਾਤ ਨੂੰ ਖੜਾ ਰਹੇ ਨੇ, ਤੇ ਰਾਤ ਲੋਰੀਆਂ ਦੇ ਕੇ ਸਵਾ ਦਿੰਦੀ ਹੈ, ਦਿਨ ਖੜਾਉਂਦਾ ਹੈ ਉਹ ਖੜਾਵਾ ਵੈ, ਰਾਤ ਦਾਈ ਹੈ ਸਵਾ ਦਿੰਦੀ, ਦਿਵਸ ਰਾਤ ਦੋਏ ਦਾਈ ਦਾਇਆ, ਖਿਲੈ ਸਭ ਜਗਤ, ਰੱਬ ਦੀ ਸੋਹਣੀ ਕੋਠੀ ਵਿੱਚ ਜੀਵ ਮਹਿਮਾਨ ਆਇਆ, ਇੱਥੇ ਆਉਂਦਿਆਂ ਨੂੰ ਭੋਜਨ, ਕੱਪੜੇ, ਬਸਤਰ, ਖਾਣ ਪੀਣ, ਕਾਰੋਬਾਰ, ਸਾਰਾ ਕੁਛ ਮਾਲਕ ਨੇ ਦਿੱਤਾ, ਨਾਲ ਤੇ ਨਹੀਂ ਸੀ ਲੈ ਕੇ ਆਇਆ, ਨਾਂਗੇ ਆਵਨ, ਨਾਂਗੇ ਜਾਣਾ, ਖਾਲੀ ਹੱਥ ਹੀ ਆਇਆ, ਇੰਨਾ ਕੁਛ ਲੈ ਕੇ ਇਸ ਧਰਤੀ ਤੇ ਆਇਆ, ਜਦੋਂ ਇੰਨਾ ਕੁਛ ਲੈ ਕੇ ਆਇਆ, ਇੱਥੋਂ ਸਾਰਾ ਇਕੱਠਾ ਕਰਨਾ ਸ਼ੁਰੂ ਕਰਦੇ ਨੇ, ਇਹ ਵੀ ਮੇਰਾ, ਇਹ ਵੀ ਮੇਰਾ, ਇਹ ਵੀ ਮੇਰਾ, ਮੇਰਾ ਸਾਰਾ ਕੁਛ ਇਕੱਠਾ ਕਰਨ ਲੱਗ ਗਿਆ, ਮਹਿਮਾਨ ਵਾਲੀ ਹਾਲਤ, ਹਾਂਜੀ, ਹੁਣ ਉਸ ਮਹਿਮਾਨ ਵਾਲੀ ਹਾਲਤ ਹੋ ਗਈ, ਹੁਣ ਸਾਰਾ ਕੁਛ ਇਕੱਠਾ ਕਰਕੇ ਬੈਠ ਗਿਆ, ਜਦੋਂ ਇਹਨੇ ਕਹਿਣਾ ਸ਼ੁਰੂ ਕਰ ਦਿੱਤਾ ਨਾ, ਇਹ ਘਰ ਮੇਰਾ, ਮਾਲਕ ਸੁਣ ਲੈਂਦਾ, ਆਖਦਾ ਵੀ ਜਿੰਨਾ ਚਿਰ ਕਹਿਣਾ ਕਹਿ ਲੈ, ਹੁਣ ਤੂੰ ਵਿਦਾ ਕਰ ਦੇਈ, ਵਿਦਾ ਕਰ ਲੈ, ਇਹ ਮਾਇਆ ਮੇਰੀ, ਇਹ ਧਨ ਮੇਰਾ, ਨਾਲ ਤੇ ਲੈ ਕੇ ਨਹੀਂ ਸੀ ਆਇਆ, ਇੱਥੋਂ ਹੀ ਇਕੱਠਾ ਕਰਕੇ ਕਹਿਣ ਲੱਗਿਆ, ਮੇਰਾ ਮੇਰਾ, ਛੂ ਮੈਂ ਧਨ ਰੱਖ ਨੂੰ ਕੁਦੀਆ, ਮੁਗਤ ਕਹਿ ਧਨ ਮੇਰਾ, ਜਮ ਕਾ ਡੰਡ ਮੂੰਡ ਮੈਂ ਲਾਗਿਆ, ਖਿਨ ਮੈਂ ਕਰੇ ਨੇ ਮੇਰਾ, ਜਦੋਂ ਮੌਤ ਦਾ ਡੰਡਾ ਮੂੰਹ ਤੇ ਪੈਂਦਾ, ਇੱਕ ਪਲ ਚ ਨਿਬੇੜਾ ਕਰ ਦਿੰਦਾ, ਵੀ ਕਿਹਦਾ, ਹੁਣ ਕਹਿੰਦਾ ਮੇਰਾ, ਤੇ ਮਾਲਕ ਕਹਿੰਦਾ ਹੁਣ ਉਤਰਦਾ ਹੋ, ਸਾਰਾ ਸਾਰਾ ਸਭ ਕੁਛ ਛੱਡ ਕੇ ਹੈ ਪ੍ਰਾਹੁਣਾ, ਹੈ ਪ੍ਰਾਹੁਣਾ, ਗੁਰਬਾਣੀ ਦੇ ਵਿੱਚ ਮੌਤ, ਜਦੋਂ ਮੌਤ ਦੀ ਗੱਲ ਆਈ ਤੇ ਜੀਵ ਨੂੰ ਪ੍ਰਾਹੁਣਾ ਕਿਹਾ, ਉਹ ਇਸ ਕਰਕੇ ਕਿਹਾ ਕਿ ਤੂੰ ਮਾਲਕ ਆਪਣੇ ਆਪ ਨੂੰ ਸਮਝੇਗਾ, ਫਿਰ ਮੌਤ ਦੁੱਖ ਦੇਏਗੀ, ਛੱਡ ਕੇ ਚੱਲਿਆ, ਜਦੋਂ ਕਹੇਗਾ ਮੈਂ ਪ੍ਰਾਹੁਣਾ ਹਾਂ, ਤੇਰੀ ਤਿਆਰੀ ਹੋ ਜਾਏਗੀ ਕਿ ਮੈਂ ਪ੍ਰਾਹੁਣਾ ਬਣ ਕੇ ਆਇਆ, ਏਡੇ ਸੁੱਖ ਭੋਗ ਲਏ, ਜਿੰਨੀ ਖੁਸ਼ੀ ਨਾਲ ਮੈਂ ਆਇਆ ਸੀ, ਉਨੀ ਖੁਸ਼ੀ ਨਾਲ ਵਿਦਾ ਲੈ ਲਵਾਂ, ਉਨੀ ਖੁਸ਼ੀ ਦੇ ਨਾਲ ਮੈਂ ਵਿਦਾਇਗੀ ਲੈ ਕੇ ਜਾਵਾਂ, ਖੁਸ਼ੀ ਖੁਸ਼ੀ ਜਾਵਾਂ, ਜੈਸੇ ਰਹਿਣ ਪ੍ਰਾਹੁਣੇ ਉੱਠ ਚਲਸੈ ਪ੍ਰਭਾਤ,
ਜਿਵੇਂ ਰਾਤ ਦਾ ਪ੍ਰਾਹੁਣਾ ਸਵੇਰੇ ਉੱਠ ਕੇ ਤੁਰ ਪੈਂਦਾ ਵੇ। ਕਿਆ ਤੁਰਤਾ ਗ੍ਰਸਤ ਸਿਉ ਸਭ ਫੁੱਲਾਂ ਕੀ ਬਗਾਤ, ਤੂੰ ਕਿਉਂ ਖੱਚਤ ਹੋ ਗਏ ਹੈ। ਤੂੰ ਪੰਛੀ ਹੈ, ਜਿਵੇਂ ਪੰਛੀ ਰਾਤ ਨੂੰ ਟਾਹਣੀਆਂ ਦੇ ਉੱਪਰ ਆਲਣਿਆਂ ਚਾ ਕੇ ਬਹਿ ਜਾਂਦੇ ਨੇ। ਜਦੋਂ ਸਵੇਰ ਹੁੰਦੀ ਹੈ, ਸੂਰਜ ਚੜ੍ਹਦਾ, ਉਦੋਂ ਆਪਣੇ ਆਲਣੇ ਫੜੀ ਨਹੀਂ ਬੈਠੇ ਰਹਿੰਦੇ ਵੀ ਹੁਣ ਅਸੀਂ ਆਲਣਾ ਛੱਡਣਾ ਨਹੀਂ ਹੈ ਜੀ। ਸਵੇਰ ਹੁੰਦੀ ਆਲਣੇ ਛੱਡ ਕੇ ਉਡਾਰੀਆਂ ਮਾਰ ਜਾਂਦੇ। ਇਸ ਮਨੁੱਖ ਦੇ ਨਾਲੋਂ ਤਾਂ ਪੰਛੀ ਚੰਗੇ ਜਿਹੜੇ ਆਲਣੇ ਨਹੀਂ ਫੜ ਕੇ ਬਹਿੰਦੇ। ਮਨੁੱਖ ਆਪਣਾ ਘਰ ਇੱਦਾਂ ਫੜ ਕੇ ਬਹਿ ਗਿਆ, ਹੁਣ ਛੱਡ ਕੇ ਜਾਣਾ ਹੀ ਨਹੀਂ ਚਾਹੁੰਦਾ। ਹਾਲਾਂਕਿ ਇਹ ਵੀ ਪੰਛੀ ਹੈ, ਪੰਛੀ ਹੈ। ਫਰੀਦਾ ਪੰਖ ਪਰੋਣੀ, ਇਹ ਜੀਵ ਪਰੋਣਾ ਪੰਛੀ ਹੈ। ਦੁਨੀ ਸੁਹਾਵਾ ਬਾਗ, ਰੱਬ ਦਾ ਸੰਸਾਰ ਖੂਬਸੂਰਤ ਬਾਗ ਹੈ। ਰੱਬ ਦਾ ਇਹ ਸੰਸਾਰ ਖੂਬਸੂਰਤ ਬਾਗ ਹੈ, ਜਿੱਥੇ ਜੀਵ ਪੰਛੀ ਪਰੋਣਾ ਆਇਆ। ਇਸ ਜੀਵ ਪੰਛੀ ਪਰੋਣੇ ਨਾਲੋਂ ਤੇ ਦੁਨਿਆਵੀ ਪੰਛੀ ਜ਼ਿਆਦਾ ਸਿਆਣੇ ਲੱਗਦੇ ਨੇ। ਰਾਤੀ ਆਲਣਿਆਂ 'ਚ ਬਹਿੰਦੇ ਨੇ, ਸਵੇਰ ਹੁੰਦੀ ਆਲਣੇ ਛੱਡ ਕੇ ਉੱਡ ਜਾਂਦੇ ਨੇ, ਫੜ ਕੇ ਨਹੀਂ ਬੈਠੇ ਜਾਂਦੇ। ਮਨੁੱਖ ਇਹੋ ਜਿਹਾ ਪੰਛੀ ਹੈ ਜਿਹੜਾ ਸਵੇਰ ਹੋ ਜਾਂਦੀ ਪਰ ਛੱਡ ਕੇ ਨਹੀਂ ਜਾਣਾ ਚਾਹੁੰਦਾ, ਫੜ ਕੇ ਬਹਿ ਜਾਂਦਾ। ਨਹੀਂ ਤੂੰ ਤੁਰਨ ਦੀ ਤਿਆਰੀ ਕਰ, ਪ੍ਰਪੇਅਰਿੰਗ ਕਰ। ਫਰੀਦਾ ਪੰਖ ਪਰੋਹਣੀ, ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਬਹ ਸਿਉ ਚੱਲਣ ਕਾ ਕਰ ਸਾਜ। ਤਿਆਰੀ ਕਰ ਲੈ। ਭਗਤ ਰਵਿਦਾਸ ਜੀ ਨੇ ਵੀ ਬਚਨ ਕਹੇ ਬਾਣੀ 'ਚ, ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਮੁੰਧ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਪੰਛੀ ਰਹਿ ਰਿਹਾ, ਇਹ ਜੀਵ ਪੰਛੀ ਹੈ। ਪ੍ਰਾਣੀ ਕਿਆ ਤੇਰਾ ਕਿਆ ਮੇਰਾ, ਜੈਸੇ ਤਰਵਰ ਪੰਖ ਬਸੇਰਾ। ਕੀ ਤੇਰਾ ਕੀ ਮੇਰਾ, ਜਿਵੇਂ ਟਾਹਣੀ ਦੇ ਉੱਪਰ ਪੰਛੀ ਆ ਕੇ ਬਹਿ ਜਾਣ। ਹੁਣ ਕੋਈ ਪੰਛੀ ਕਵੇ ਇਹ ਟਾਹਣੀ ਦੇ ਸਾਰੇ ਫਲ ਮੇਰੇ, ਤੂੰ ਪਰੇ ਚਲਾ ਜਾ। ਨੀ ਕੀ ਇੱਕ ਪੰਛੀ ਦਾ ਕੀ ਦੂਜੇ ਦਾ ਸਾਂਝਾ ਹੀ ਹੈ, ਦੋਨਾਂ ਨੂੰ ਭੁੱਖ ਇੱਕ ਇੱਕ ਫਲ ਖਾ ਲੈਣਗੇ। ਔਰ ਹੈਰਾਨੀ ਦੀ ਗੱਲ ਹੈ ਕਿ ਪੰਛੀ ਜਦੋਂ ਟਾਹਣੀ ਤੇ ਬੈਠਦੇ ਨੇ, ਇੱਕ ਇੱਕ ਫਲ ਵੰਡ ਲੈਂਦੇ ਨੇ। ਕਦੀ ਕਿਸੇ ਪੰਛੀ ਨੇ ਨੀ ਕਿਹਾ ਟਾਹਣੀ ਦੇ ਸਾਰੇ ਫਲ ਮੇਰੇ ਨੇ, ਤੂੰ ਬਾਕੀ ਦੌੜ ਜਾ, ਜਾਂ ਇਸ ਰੁੱਖ ਦੇ ਸਾਰੇ ਫਲ ਮੇਰੇ ਨੇ, ਮੇਰੇ ਰੁੱਖ ਤੇ ਕੋਈ ਹੋਰ ਪੰਛੀ ਨਾ ਬੈਠੇ, ਨੀ ਇੱਕ ਇੱਕ ਫਲ ਵੰਡ ਲੈਂਦੇ ਨੇ। ਪਰ ਮਨੁੱਖ ਇੱਕੋ ਗਲੀ ਦੇ ਵਿੱਚ 10 ਘਰ ਇਕੱਲਾ ਹੀ ਸਾਂਭੀ ਬੈਠਾ, ਹੋਰ ਨਾ ਆ ਜਾਏ, ਮੇਰੇ ਨੇ ਸਾਰੇ ਘਰ। ਲੋਕ ਭਾਵੇਂ ਪੁਲਾਂ ਥੱਲੇ ਸੌਣ, ਭਾਵੇਂ ਪਲੇਟਫਾਰਮ ਤੇ ਸੌਣ, ਇਹਦੇ ਘਰ ਭਾਵੇਂ ਖਾਲੀ ਪਏ ਰਹਿਣ, ਮਜ਼ਾ ਲੈ ਕਿਸ ਨੂੰ ਆ, ਇਹਨੇ ਸਾਰਿਆਂ ਫਲਾਂ ਤੇ ਕਬਜ਼ਾ ਕਰ ਲਿਆ। ਨਤੀਜਾ ਕਾਣੀ ਵੰਡ, ਕੁਝ ਲੋਕ ਭੁੱਖੇ ਰਹਿ ਗਏ, ਕੁਝ ਆਫਰ ਗਏ। ਔਰ ਜਿਹੜੇ ਭੁੱਖੇ ਰਹਿ ਗਏ ਉਹ ਵੀ ਦੁਖੀ ਨੇ, ਜਿਹੜੇ ਆਫਰ ਗਏ ਉਹ ਵੀ ਦੁਖੀ ਨੇ, ਜਿਹਨਾਂ ਕੋਲ ਧਨ ਨਹੀਂ ਉਹ ਵੀ ਦੁਖੀ ਨੇ, ਜਿਹਨਾਂ ਕੋਲ ਬਹੁਤਾ ਵੱਧ ਜੁੜ ਗਿਆ ਉਹ ਵੀ ਦੁਖੀ। ਇਸ ਧਰਤੀ ਤੇ 5% ਲੋਕਾਂ ਕੋਲ 95% ਧਨ ਹੈ, ਤੇ ਜਿਹੜੇ 95% ਬਾਕੀ ਲੋਕ ਨੇ ਉਹ ਰਹਿੰਦੇ 5% ਦੇ ਨਾਲ ਜ਼ਿੰਦਗੀ ਗੁਜ਼ਾਰ ਰਹੇ ਨੇ। 95% ਬਲੌਕ ਹੋ ਚੁੱਕਿਆ ਧਨ। 5% ਲੋਕਾਂ ਕੋਲ 95% ਦੌਲਤ ਇਕੱਠੀ ਜਮ੍ਹਾਂ ਹੋਈ ਪਈ ਹੈ, ਤੇ 5% ਦੌਲਤ ਬਾਕੀ 95% ਲੋਕ ਖਰਚ ਰਹੇ ਨੇ, ਉਹ ਦੁਖੀ ਹੋ ਰਹੇ ਨੇ। ਇਹ ਮਨੁੱਖ ਦੀ ਹਾਲਤ ਹੈਗੀ ਹੈ। ਔਰ ਇਹੋ ਜਿਹੀ ਹਾਲਤ ਜਿਵੇਂ ਪੰਛੀ ਚੰਗੇ ਨੇ, ਪੂਰਾ ਦਰਖਤ ਨਹੀਂ ਸਾਹਮਣੇ ਵੰਡ ਰਹੇ ਨੇ, ਧਨ ਬਹੁਤਾ ਆ ਜਾਏ ਤਾਂ ਵੀ ਦੁੱਖ ਹੈ, ਧਨ ਥੋੜਾ ਆ ਜਾਏ ਤਾਂ ਵੀ ਦੁੱਖ ਹੈ, ਗਰੀਬ ਵੀ ਦੁਖੀ ਹੈ, ਅਮੀਰ ਵੀ ਦੁਖੀ ਹੈ। ਧਨ ਬਹੁਤਾ ਆ ਗਿਆ ਤੇ ਜਿਹਦੇ ਕੋਲ ਧਨ ਜ਼ਿਆਦਾ ਵੈ, ਉਹ ਰਾਤੀ ਸੁੱਖ ਦੀ ਨੀਂਦ ਸੌ ਨਹੀਂ ਪਾਉਂਦਾ, ਚਿੰਤਾ ਫਿਕਰਾਂ 'ਚ, ਮਤਾ ਕੋਈ ਚੋਰ ਚੋਰੀ ਕਰ ਜਾਏ, ਮਤਾ ਕੋਈ ਲੁਟੇਰਾ ਆ ਕੇ ਖੋ ਲਏ, ਮਤਾ ਇਨਕਮ ਟੈਕਸ ਦਾ ਛਾਪਾ ਪੈ ਜਾਏ, ਮਤਾ ਰਿਸ਼ਤੇਦਾਰੀ ਮੰਗ ਲੈਣ। ਹੁਣ ਉਹ ਸੁੱਖ ਦੀ ਨੀਂਦ ਸੌ ਨਹੀਂ ਪਾਉਂਦਾ। ਗਰੀਬ ਬੰਦਾ ਭਾਵੇਂ 10 ਰੋਟੀਆਂ ਖਾ ਕੇ ਰੱਜ ਕੇ ਸੌਂਦਾ, ਅਮੀਰ ਗੋਲੀਆਂ 100 ਖਾ ਲੇਗਾ, ਰੋਟੀ ਕੋਈ ਖਾ ਕੇ ਸੋਏਗਾ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜੇ ਕੋਲ ਜ਼ਿਆਦਾ ਉਹ ਬਹੁਤ ਚਿੰਤਾ ਦੇ ਵਿੱਚ ਹੈ, ਤੇ ਗਰੀਬ ਵੀ ਵਿਚਾਰਾ ਦੁਖੀ ਹੈ। ਜਿਸ ਗ੍ਰਹਿ ਥੋੜੀ ਸੁਫਿਰ ਹੈ ਪਰਮੰਤਾ, ਜਿਹਦੇ ਕੋਲ ਮਾਇਆ ਥੋੜੀ ਹੈ ਉਹ ਵਿਚਾਰਾ ਭਟਕਦਾ ਫਿਰਦਾ, ਉਹਦੇ ਬੱਚੇ ਭੁੱਖੇ ਨੇ। ਹੁਣ ਇੱਕ ਵਿਚਕਾਰਲੀ ਅਵਸਥਾ ਹੋ ਸਕਦੀ ਸੀ ਸਾਰੇ ਵੰਡ ਕੇ, ਹੇ ਮੇਰੇ ਪ੍ਰਭੂ ਮੈਨੂੰ ਇੰਨੀ ਥੋੜੀ ਮਾਇਆ ਨਾ ਦੇਈ, ਮੇਰੇ ਬੱਚੇ ਰਾਤ ਭੁੱਖੇ ਸੌਂ, ਤੇ ਮੈਨੂੰ ਇੰਨੀ ਵੀ ਜ਼ਿਆਦਾ ਨਾ ਦੇ ਦੇਈ ਕਿ ਮੈਂ ਰਾਤ ਬੋਤਲ ਖੋਲੀ ਬੈਠਾ, ਓਨੀ ਕੁ ਦੇਈ ਮੇਰੇ ਬੱਚੇ ਵੀ ਰੱਜ ਕੇ ਸੌਣ, ਮੈਨੂੰ ਵੀ ਐਸ਼ ਇਸ਼ਰਤ ਕਰਨ ਵਾਸਤੇ, ਨਸ਼ਿਆਂ ਦੇ ਵਿੱਚ ਖਰਚਤ ਹੋਣ ਵਾਸਤੇ ਬਚੇ ਨਾ, ਘਰ ਵਿੱਚ ਥੋੜੇ ਨਾ, ਭੁੱਖਾ ਮੁੜੇ ਨਾ, ਤੇ ਵਾਧੂ ਜੁੜੇ ਨਾ। ਵਾਧੂ ਜੁੜੇ, ਇਹ ਪਾਣੀ ਚੱਲਦਾ ਰਹੇ ਤੇ ਸਾਫ਼ ਰਹਿੰਦਾ, ਖੜਾ ਤੇ ਛੱਪੜ ਹੋ ਜਾਂਦਾ।
ਇਸ ਕਰਕੇ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ, ਦੋਹੋਂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹਿਲਾ ਪਾਲੀਏ। ਜਿਹੜਾ ਦੋਨਾਂ ਅਵਸਥਾਵਾਂ ਤੋਂ ਮੁਕਤ ਹੈ ਵਿਚਕਾਰਲਾ ਮੇਰੇ। ਹੁਣ ਪੰਛੀ ਜਿਹੜੇ ਨੇ ਉਹ ਟਾਹਣੀ ਤੇ ਕਬਜ਼ਾ ਨਹੀਂ ਜਮਾਉਂਦੇ, ਦਰਖਤ ਤੇ ਕਬਜ਼ਾ ਨਹੀਂ ਜਮਾਉਂਦੇ, ਇੱਕ ਟਾਹਣੀ ਤੇ 10 ਫਲ ਲੱਗੇ ਨੇ ਤੇ ਇੱਕ ਇੱਕ ਵੰਡ ਲੈਂਦੇ ਨੇ। ਪਰ ਮਨੁੱਖ ਇਹੋ ਜਿਹਾ ਪੂਰੇ ਰੁੱਖ ਤੇ ਕਬਜ਼ਾ ਜਮਾਈ ਬੈਠਾ, ਤੁਸੀਂ ਦੂਸਰੇ ਰੁੱਖ ਤੇ ਜਾਓ, ਇਹ ਮੇਰਾ ਹੋ ਗਿਆ, ਇਹ ਸਾਰੇ ਫਲ ਮੇਰੇ ਹੋ ਗਏ। ਇੱਕੋ ਹੀ ਮਨੁੱਖ ਕਈ ਕਈ ਘਰ, ਕਈ ਕਈ ਬਿਲਡਿੰਗਾਂ ਸਾਂਭੀ ਬੈਠਾ, ਤੇ ਕੁਝ ਲੋਕ ਵਿਚਾਰੇ ਜ਼ਮੀਨ ਤੇ ਸੌਣ ਤੇ ਅਤੁਰ ਨੇ, ਫੁੱਟਪਾਥਾਂ ਤੇ ਸੋ ਰਹੇ ਨੇ, ਸੜਕਾਂ ਤੇ ਸੋ ਰਹੇ ਨੇ। ਭਗਤ ਰਵਿਦਾਸ ਜੀ ਦੇ ਬਚਨ ਕਹਿਣ ਲੱਗੇ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਇਸ ਤਰ੍ਹਾਂ ਸਾਡੀ ਜ਼ਿੰਦਗੀ ਹੈ, ਜੈਸੇ ਤਰਵਰ ਪੰਖ ਬਸੇਰਾ, ਭਾਵ ਪੰਛੀ ਦੀ ਤਰ੍ਹਾਂ। ਪਰ ਮਨੁੱਖ ਪੰਛੀ ਦੀ ਤਰ੍ਹਾਂ ਰਹਿਣ ਨਹੀਂ ਸਿੱਖ ਸਕਿਆ, ਪੰਛੀ ਕੋਲੋਂ ਵੀ ਨਹੀਂ ਸਿੱਖ ਸਕਿਆ, ਕਿਉਂਕਿ ਸਿਕਦਾਰ ਸੀ, ਸਿਕਦਾਰ ਸੀ, ਮਾਲਕ ਬਣ ਬੈਠਾ, ਇਹ ਸਾਰਾ ਕੁਛ ਮੇਰਾ। ਪਰ ਜੈਸੇ ਰਹਿਣ ਪ੍ਰੋਹਣੇ, ਉੱਠ ਚਲ ਸੈ ਪ੍ਰਭਾਤ, ਕਿਆ ਤੁਰਤਾ ਗ੍ਰਿਸ ਦੱਸਿਓ ਸਭ ਫੁੱਲਾਂ ਕੀ ਬਾਬਾ। ਤੇ ਰਾਤ ਦਾ ਪ੍ਰੋਹਣਾ ਹੈ, ਜਿੰਨਾ ਖੁਸ਼ੀ ਦੇ ਨਾਲ ਮਾਲਕ ਦੇ ਦਿੱਤੇ ਸੁੱਖਾਂ ਨੂੰ ਭੋਗ ਰਿਹਾ, ਉਹਨੇ ਖੁਸ਼ੀ ਨਾਲ ਵਿਦਾਇਗੀ ਲੈ ਲਿਆ। ਇਹੀ ਕਾਰਨ ਜਦੋਂ ਮੌਤ ਦਾ ਕਨਸੈਪਟ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਉਂਦਾ, ਮੌਤ ਨਿਰਾਸ਼ਾਵਾਦੀ ਨਹੀਂ ਬਣਾਉਂਦੀ, ਮੌਤ ਉਤਸ਼ਾਹ ਦਿੰਦੀ ਹੈ ਕਿ ਤੂੰ ਤਿਆਰੀ ਕਰ ਲੈ, ਜਿੰਨੀ ਖੁਸ਼ੀ ਨਾਲ ਆਇਆ ਉਨੀ ਖੁਸ਼ੀ ਨਾਲ ਜਾ। ਤੈਨੂੰ ਮੈਂ ਦੱਸਤਾ ਕੁਛ। ਹਾਂ, ਹੁਣ ਗੁਰਮੁਖ ਦਾ ਜੀਵਨ ਕਿਵੇਂ ਹੈ ਜਿਹੜਾ ਬਾਣੀ ਪੜ੍ਹਦਾ ਹੈ? ਗੁਰੂ ਨੇ ਉਹਨੂੰ ਸਮਝਾ ਦਿੱਤਾ, ਤੂੰ ਮਹਿਮਾਨ ਹੈ। ਗੁਰਮੁਖ ਸੁਗੜ ਸੁਜਾਨ, ਗੁਰੂ ਸਮਝਾਇਆ, ਮਹਿਮਾਨੀ ਮਹਿਮਾਨ ਮਜਲਸ ਆਇਆ। ਗੁਰਮੁਖ ਨੂੰ ਗੁਰੂ ਨੇ ਸਮਝਾ ਦਿੱਤਾ ਤੇ ਉਹ ਮਹਿਮਾਨ ਬਣ ਕੇ ਇਸ ਮਜਲਸ ਦੇ ਵਿੱਚ ਆਇਆ। ਇਸ ਘਰ ਦੇ ਮਾਲਕ ਨੇ ਜੋ ਕੁਛ ਖਾਣ ਪੀਣ ਨੂੰ ਦਿੱਤਾ ਸ਼ੁਕਰ ਕਹਿ ਕੇ ਖਾ ਲਿਆ, ਰਜ਼ਾ ਵਿੱਚ ਰਾਜ਼ੀ ਰਿਹਾ। ਜੋ ਕੁਛ ਖਾਣ ਪੀਣ ਨੂੰ ਦਿੱਤਾ, ਜੋ ਸੁੱਖ ਦੁੱਖ ਮਿਲੇ ਚੁੱਪ ਚਾਪ ਮਾਣ ਲਏ, ਕਿਉਂਕਿ ਪ੍ਰਾਹੁਣਾ ਹੈ। ਗੁਰਮੁਖ ਸੁਗੜ ਸੁਜਾਨ, ਗੁਰੂ ਸਮਝਾਇਆ, ਮਹਿਮਾਨੀ ਮਹਿਮਾਨ ਮਜਲਸ ਆਇਆ। ਜੋ ਦੇਵੈ ਸੋ ਖਾਣ, ਪੀਏ ਪਿਆਇਆ, ਕਰੇ ਨਾ ਗਰਭ ਗੁਮਾਨ, ਹੱਸੇ ਹਸਾਇਆ। ਜੋ ਕੁਝ ਮਾਲਕ ਨੇ ਖਾਣ ਪੀਣ ਨੂੰ ਦੇ ਦਿੱਤਾ ਖਾ ਪੀ ਲਿਆ, ਜੋ ਵਰਤਨ ਨੂੰ ਪਦਾਰਥ ਦੇ ਦਿੱਤੇ ਉਹ ਵਰਤ ਲਏ। ਹੰਕਾਰ ਨਹੀਂ ਕਰਦਾ ਮੇਰੇ, ਕਰੇ ਨਾ ਗਰਭ ਗੁਮਾਨ, ਹੱਸੇ ਹਸਾਇਆ, ਮਾਲਕ ਦੀ ਦਿੱਤੀ ਖੁਸ਼ੀ ਵਿੱਚ ਹੀ ਖੁਸ਼ ਰਹੇ। ਪਹੁੰਚਣਾ ਪ੍ਰਵਾਨ ਕਾਜ ਸੁਹਾਇਆ, ਇਹ ਪ੍ਰਾਹੁਣਾ ਪ੍ਰਵਾਨ ਹੈ ਦੁਨੀਆਂ ਤੇ, ਕਿਉਂਕਿ ਮਾਲਕ ਦੇ ਦਿੱਤੇ ਸੁੱਖਾਂ ਨੂੰ ਭੋਗ ਕੇ ਸ਼ੁਕਰ ਕਰ ਰਿਹਾ, ਦਾਵਾ ਨਹੀਂ ਕਰ ਰਿਹਾ ਮੇਰੇ। ਪਹੁੰਚਣਾ ਪ੍ਰਵਾਨ ਕਾਜ ਸੁਹਾਇਆ, ਮਜਲਸ ਕਰ ਹੈਰਾਨ, ਉੱਠ ਸਦਾਇਆ। ਦੁਨੀਆਂ ਨੂੰ ਹੈਰਾਨ ਕਰਕੇ ਤੁਰਿਆ ਗੁਰਸਿੱਖ, ਲੋਕ ਰੋਂਦੇ ਜਾਂਦੇ ਨੇ, ਇਹ ਹੱਸਦਾ ਜਾ ਰਿਹਾ, ਇਹ ਮਾਲਕ ਤੋਂ ਖੁਸ਼ੀ ਖੁਸ਼ੀ ਵਿਦਾ ਲੈ ਕੇ ਜਾ ਰਿਹਾ। ਔਰ ਇਹ ਕੇਵਲ ਗੱਲਾਂ ਵਿੱਚ ਹੀ ਨਹੀਂ ਸੀ, ਕੇਵਲ ਬਾਣੀ ਚ ਵਿਚਾਰਾਂ ਹੀ ਨਹੀਂ ਸੀ, ਬਲਕਿ ਸੱਚਮੁੱਚ ਸਿੱਖਾਂ ਨੇ ਇਸ ਤਰ੍ਹਾਂ ਕੀਤਾ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਮੇਂ ਦੋ ਸਿੱਖ ਭਰਾ ਸਨ, ਸ਼ਾਹੂਕਾਰ। ਇਹਨਾਂ ਦਾ ਨਾਮ ਸੀ, ਇੱਕ ਦਾ ਨਾਮ ਸੀ ਭਾਈ ਖੀਵਾ, ਦੂਜੇ ਦਾ ਨਾਮ ਸੀ ਭਾਈ ਪੀਵਾ ਜੀ। ਭਾਈ ਖੀਵਾ ਜੀ, ਭਾਈ ਪੀਵਾ ਜੀ ਦੇ ਕੋਲ ਇੱਕ ਬ੍ਰਾਹਮਣ ਆਇਆ। ਉਹਨੇ ਆ ਕੇ ਕਿਹਾ, ਭਾਈ ਸਾਹਿਬ ਜੀ, ਇੰਨੀ ਮਾਇਆ ਮੈਨੂੰ ਉਧਾਰ ਚਾਹੀਦੀ ਹੈ। ਤੇ ਉਹ ਮਨੁੱਖਤਾ ਦੀ, ਸਮਾਜ ਦੀ ਸੇਵਾ ਕਰਦੇ ਸਨ, ਕਰਜ਼ਾ ਦਿੰਦੇ ਸਨ, ਉਧਾਰ ਦਿੰਦੇ ਸਨ, ਇੰਨੀ ਮਾਇਆ ਚਾਹੀਦੀ ਹੈ। ਭਾਈ ਖੀਵੇ ਨੇ ਆਪਣੇ ਭਰਾ ਪੀਵੇ ਨੂੰ ਕਿਹਾ, ਜਾ ਕੇ ਅੰਦਰੋਂ ਇੰਨੀ ਮਾਇਆ ਲੈ ਆਓ, ਇਸ ਬ੍ਰਾਹਮਣ ਨੂੰ ਅਸੀਂ ਕਰਜ਼ਾ ਦੇਣਾ ਹੈ, ਉਧਾਰ ਦੇਣਾ। ਭਾਈ ਖੀਵਾ ਅੰਦਰੋਂ ਮਾਇਆ ਲੈਣ ਚਲੇ ਗਏ। ਉਹ ਬ੍ਰਾਹਮਣ ਭਾਈ ਖੀਵਾ ਜੀ ਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਗਿਆ, ਭਾਈ ਪੀਵਾ ਜੀ ਅੰਦਰੋਂ ਮਾਇਆ ਲੈਣ ਚਲੇ ਗਏ। ਭਾਈ ਖੀਵਾ ਨਾਲ ਗੱਲਾਂ ਕਰਦਿਆਂ ਕਰਦਿਆਂ ਉਹ ਬ੍ਰਾਹਮਣ ਕਹਿਣ ਲੱਗਾ, ਤੁਸੀਂ ਸਿੱਖ ਬੜੇ ਅਜੀਬ ਹੁੰਦੇ ਹੋ। ਭਾਈ ਖੀਵਾ ਕਹਿਣ ਲੱਗੇ, ਵੀ ਉਹ ਕਿਸ ਤਰ੍ਹਾਂ? ਕਹਿਣ ਲੱਗਾ ਵੀ ਜਿਸ ਪਿੰਡ ਚੋਂ ਮੈਂ ਲੰਘ ਕੇ ਆ ਰਿਹਾ ਸੀ, ਕਿਸੇ ਗੁਰਸਿੱਖ ਦੇ ਨੌਜਵਾਨ ਪੁੱਤਰ ਦੀ ਮੌਤ ਹੋ ਗਈ ਸੀ, ਤੇ ਉਹ ਗੁਰਸਿੱਖ ਆਪਣੇ ਪੁੱਤਰ ਦੀ ਲਾਸ਼ ਕੋਲ ਬੈਠ ਕੇ ਗੁਰਬਾਣੀ ਦਾ ਪਾਠ ਕਰ ਰਿਹਾ ਸੀ, ਤੇ ਮੈਂ ਹੋਰ ਹੈਰਾਨ ਹੋਇਆ। ਆਲੇ ਦੁਆਲੇ ਦੇ ਸਿੱਖ ਇਕੱਠੇ ਹੋਏ ਤੇ ਉੱਥੇ ਕੀਰਤਨ ਗਾਉਣ ਪਏ ਹੋਏ, ਮੈਂ ਹੈਰਾਨ ਹੋ ਗਿਆ। ਨੌਜਵਾਨ ਪੁੱਤਰ ਦੀ ਲਾਸ਼ ਕੋਲ ਪਈ ਹੋਵੇ ਤੇ ਪਿਤਾ ਪਾਠ ਕਰ ਰਿਹਾ, ਗੁਰਬਾਣੀ ਦੇ ਕੀਰਤਨ ਗਾ ਰਿਹਾ ਹੈ, ਬੜੀ ਹੈਰਾਨੀ ਦੀ ਗੱਲ ਹੈ। ਭਾਈ ਖੀਵਾ ਕਹਿਣ ਲੱਗੇ, ਚ ਹੈਰਾਨੀ ਵਾਲੀ ਕਿਹੜੀ ਗੱਲ ਹੈ, ਤੁਸੀਂ ਕੀ ਕਰਦੇ ਹੁੰਦੇ ਹੋ? ਕਹਿਣ ਲੱਗਾ, ਅਸੀਂ, ਸਾਡੇ ਚ ਭਾਵੇਂ 100 ਸਾਲ ਦਾ ਬਾਬਾ ਮਰ ਜਾਏ, ਰੋ ਰੋ ਕੇ ਅਸੀਂ ਆਪ ਮਰਨ ਵਾਲੇ ਹੋ ਜਾਈਦਾ। ਅਸੀਂ ਤਾਹਾਂ ਮਾਰਦੇ ਹਾਂ, ਵਹਿਣ ਪਾਉਂਦੇ ਹਾਂ, ਚੀਕਾਂ ਮਾਰਦੇ ਹਾਂ,
ਅਸੀਂ ਤੇ ਬਹੁਤ ਰੋਂਦੇ ਹਾਂ। ਭਾਈ ਖੀਵਾ ਕਹਿਣ ਲੱਗੇ ਅੱਛਾ, ਭਾਈ ਖੀਵੇ ਨੇ ਆਵਾਜ਼ ਦਿੱਤੀ ਆਪਣੇ ਭਰਾ ਭਾਈ ਪੀਵੇ ਨੂੰ, ਪੀਵਿਆ ਮਾਇਆ ਨਾ ਲੈ ਕੇ ਆਈ, ਅਸੀਂ ਬ੍ਰਾਹਮਣ ਨੂੰ ਕਰਜ਼ਾ ਨਹੀਂ ਦੇਣਾ। ਉਹ ਬ੍ਰਾਹਮਣ ਹੈਰਾਨ ਹੋਇਆ, ਕਹਿਣ ਲੱਗਾ ਜੀ ਕਰਜ਼ਾ ਕਿਉਂ ਨਹੀਂ ਦੇਣਾ। ਭਾਈ ਖੀਵਾ ਕਹਿਣ ਲੱਗੇ ਕਿ ਜਿਹੜਾ ਰੱਬ ਦੀ ਅਮਾਨਤ ਮੋੜਨ ਲੱਗਿਆ ਇੰਨੀਆਂ ਤਾਹਾਂ ਮਾਰਦਾ ਹੋਵੇ, ਮੇਰੇ ਪੈਸੇ ਮੋੜਨ ਲੱਗਾ ਕੀ ਕਰੇਗਾ। ਜਿਹੜਾ ਰੱਬ ਦੀਆਂ ਅਮਾਨਤਾਂ ਮੋੜਨ ਲੱਗਿਆ, ਰੱਬ ਦੀ ਅਮਾਨਤ ਮੋੜਨ ਲੱਗਿਆ, ਚੀਕਾਂ ਮਾਰਦਾ ਹੋਵੇ, ਵਹਿਣ ਪਾਉਂਦਾ ਹੋਵੇ, ਤਾਹਾਂ ਮਾਰਦਾ ਹੋਵੇ, ਮੇਰੀ ਅਮਾਨਤ ਕਿਤੇ ਸੁਖੀ ਵਾਪਸ ਕਰੇਗਾ? ਫਿਰ ਤੇ ਨਹੀਂ ਮੇਰੀ ਅਮਾਨਤ ਵਾਪਸ ਆਉਂਦੀ, ਇਹਦਾ ਤੇ ਯਕੀਨ ਨਹੀਂ। ਉਹ ਇੱਕੋ ਦਮ ਹੈਰਾਨ ਰਹਿ ਗਿਆ, ਕਹਿਣ ਲੱਗਾ ਫਿਰ ਮਾਇਆ ਨਹੀਂ ਦੇਵੋਗੇ? ਭਾਈ ਖੀਵਾ ਕਹਿਣ ਲੱਗੇ ਨਹੀਂ ਮਾਇਆ ਦੇਵਾਂਗੇ, ਤੈਨੂੰ ਇੱਕ ਸਮਝਾਉਣ ਦਾ ਢੰਗ ਹੈ, ਜਿਵੇਂ ਇਹ ਮਾਇਆ ਸਾਡੀ ਅਮਾਨਤ ਹੈ, ਜਿੰਨੀ ਖੁਸ਼ੀ ਨਾਲ ਲੈ ਕੇ ਚੱਲਿਆ ਉਨੀ ਖੁਸ਼ੀ ਨਾਲ ਵਾਪਸ ਮੁੜੇਗਾ। ਇਸੇ ਤਰ੍ਹਾਂ ਇਹ ਜੀਵਨ ਨੂੰ, ਜੀਵਨ ਦਾਤੇ ਦੀ ਅਮਾਨਤ ਹੈ, ਜਿੱਦਣ ਉਹਨੇ ਮੰਗ ਲਿਆ ਉਹਨੂੰ ਵਾਪਸ ਮੋੜਨਾ ਪਏਗਾ, ਖੁਸ਼ੀ ਖੁਸ਼ੀ ਨਾਲ ਮੋੜੇਗਾ। ਸਗੋਂ ਧੰਨਵਾਦ ਕਰਕੇ ਕਿ ਮਾਲਕਾ ਤੇਰੇ ਦਿੱਤੇ ਜੀਵਨ ਨੂੰ ਮੈਂ ਮਾਣੇ ਹੈ, ਭੋਗੇ ਹੈ, ਦੁਨੀਆਂ ਦੇ ਸੁੱਖ ਮਾਣੇ ਨੇ, ਤੇਰਾ ਧੰਨਵਾਦ, ਹੁਣ ਮੈਂ ਆਪਣਾ ਜੀਵਨ ਖੁਸ਼ੀ ਖੁਸ਼ੀ ਵਾਪਸ ਕਰ ਲਿਆ। ਔਰ ਸੱਚਮੁੱਚ ਹੀ ਕੁਛ ਹੋਇਆ। ਦੇਖੋ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ ਦੀ ਉੱਪਰਲੀ ਮੰਟੀ ਤੇ ਖੜੇ ਨੇ, ਵਿਹੜੇ ਦੇ ਵਿੱਚ ਭਾਈ ਦਿਆ ਸਿੰਘ ਖੜੇ ਨੇ, ਔਰ ਸਿੰਘਾਂ ਦਾ ਜਥਾ ਤਿਆਰ ਕਰਕੇ ਚਮਕੌਰ ਦੀ ਜੰਗ 'ਚ ਭੇਜਦੇ ਨੇ। ਤੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਕਿਹਾ ਸੀ ਅਸੀਂ ਵੀ ਜਾਣਾ। ਸਾਹਿਬਜ਼ਾਦਾ ਅਜੀਤ ਸਿੰਘ ਉਹਨਾਂ ਨੇ ਜੰਗ 'ਚ ਗਏ। ਕਲਗੀਧਰ ਪਾਤਸ਼ਾਹ ਮੰਟੀ ਤੇ ਖਲੋ ਕੇ ਤੀਰਾਂ ਦੀ ਵਰਖਾ ਕਰਦੇ ਰਹੇ, ਪੁੱਤਰ ਦੇ ਜੌਹਰ ਦੇਖਦੇ ਰਹੇ। ਕੁਝ ਸਮੇਂ ਬਾਅਦ ਕਲਗੀਧਰ ਪਾਤਸ਼ਾਹ ਨੇ ਖੁਸ਼ੀ 'ਚ ਜਗਾਰਾ ਛੱਡਿਆ। ਭਾਈ ਦਿਆ ਸਿੰਘ ਥੱਲੇ ਵਿਹੜੇ 'ਚ ਖੜੇ ਸਨ, ਉੱਪਰ ਦੇਖਿਆ, ਕਹਿਣ ਲੱਗੇ ਸਤਿਗੁਰੂ ਅਸੀਂ ਜੰਗ ਜਿੱਤ ਗਏ ਹਾਂ। ਸਤਿਗੁਰੂ ਕਹਿਣ ਲੱਗੇ ਨਹੀਂ। ਭਾਈ ਦਿਆ ਸਿੰਘ ਕਹਿਣ ਲੱਗੇ ਫਿਰ ਇੰਨੀ ਖੁਸ਼ੀ 'ਚ ਕਿਉਂ ਜਗਾਰਾ ਛੱਡਿਆ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੱਡਾ ਸਾਹਿਬਜ਼ਾਦਾ ਪ੍ਰਵਾਨ ਚੜ ਗਿਆ ਤੇ ਹੱਥ ਜੋੜ ਕੇ ਉਹਨਾਂ ਨੇ ਕਿਹਾ ਸੀ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਸੁੱਖ ਹੋਏ, ਪਰਾਈ ਅਮਾਨ ਦੇਣ 'ਚ ਸੁੱਖ ਹੈ, ਦੇਣ 'ਚ ਫਲ ਹੈ। ਭਾਈ ਦਿਆ ਸਿੰਘ ਹੈਰਾਨ ਰਹਿ ਗਏ। ਇਸ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਮੈਦਾਨੇ ਜੰਗ 'ਚ ਗਏ, ਜਾ ਕੇ ਜੋਰ ਦਿਖਾਏ, ਕਲਗੀਧਰ ਪਾਤਸ਼ਾਹ ਹੱਲਾਸ਼ੇਰੀ ਦਿੰਦੇ ਰਹੇ। ਔਰ ਕੁਝ ਸਮੇਂ ਬਾਅਦ ਕਲਗੀਧਰ ਪਾਤਸ਼ਾਹ ਨੇ ਫਿਰ ਉੱਚੀ ਸਾਰੀ ਆਵਾਜ਼ 'ਚ ਜਕਾਰਾ ਛੱਡਿਆ। ਭਾਈ ਦਿਆ ਸਿੰਘ ਨੇ ਉੱਪਰ ਦੇਖਿਆ, ਸਤਿਗੁਰੂ ਦੇ ਹੱਥ ਜੁੜੇ ਸਨ ਤੇ ਹੱਥ ਜੋੜ ਕੇ ਇੱਕ ਗੱਲ ਕਹਿ ਰਹੇ ਨੇ, ਜਿਸ ਕੀ ਵਸਤ ਇਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਨ ਹੈ ਮੱਥੇ, ਉਸ ਤੇ ਚੌਗਣ ਕਰਿਆ ਨਿਹਾਲ, ਨਾਨਕ ਸਾਹਿਬ ਸਲਾਹ ਦਿਆਲ। ਇੰਨੀ ਗੱਲ ਕਹਿ ਕੇ ਸਿਰ ਚੁਕਾਇਆ, ਭਾਈ ਦਿਆ ਸਿੰਘ ਸਮਝ ਗਏ ਛੋਟਾ ਸਾਹਿਬਜ਼ਾਦਾ ਵੀ ਪ੍ਰਵਾਨ ਚੜ ਗਿਆ, ਉਹਦੀ ਅਮਾਨਤ ਹੈ, ਉਹਦੀ ਅਮਾਨਤ। ਜਦੋਂ ਰਾਏ ਇਕੱਲੇ ਨੇ ਪੁੱਛਿਆ ਸੀ ਕਲਗੀਧਰ ਪਾਤਸ਼ਾਹ ਨੂੰ, ਸਤਿਗੁਰੂ ਤੁਹਾਡੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਰਾਏ ਇਕੱਲਾ ਭੁੱਬਾ ਮਾਰ ਕੇ ਰੋ ਰਿਹਾ, ਨੂਰਾ ਮਾਹੀ ਰੋ ਰਿਹਾ, ਜਿਹਦੇ ਪੁੱਤਰ ਸ਼ਹੀਦ ਹੋਏ ਨੇ ਉਹ ਚੁੱਪ ਕਰਾ ਰਿਹਾ। ਕਹਿਣ ਲੱਗੇ ਨੂਰਿਆ ਤੂੰ ਰੋ ਨਾ, ਰਾਏ ਇਕੱਲੇ ਰੋ ਨਾ। ਕਹਿਣ ਲੱਗਾ ਰੋਵਾਂ ਕਿਉਂ ਨਾ, ਤੁਹਾਡੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਸਤਿਗੁਰੂ ਕਹਿਣ ਲੱਗੇ ਲਕੀਰ ਖਿੱਚ, ਉਹਨੇ ਲਕੀਰ ਖਿੱਚੀ। ਸਤਿਗੁਰੂ ਕਹਿਣ ਲੱਗੇ ਲਕੀਰ ਮਿਟਾ ਦੇ, ਉਹਨੇ ਮਿਟਾ ਦਿੱਤੀ। ਸਤਿਗੁਰੂ ਕਹਿਣ ਲੱਗੇ ਰਾਏ ਇਕੱਲੇ ਲਕੀਰ ਮਿਟਾਉਣ ਦਾ ਦੁੱਖ ਹੋਇਆ? ਕਹਿਣ ਲੱਗਾ ਜੀ ਨਹੀਂ, ਤੁਸੀਂ ਹੁਕਮ ਕੀਤਾ ਲਕੀਰ ਖਿੱਚ ਦਿੱਤੀ, ਹੁਕਮ ਕੀਤਾ ਮਿਟਾ ਦਿੱਤੀ, ਖਿੱਚਣ ਲੱਗਿਆ ਖੁਸ਼ੀ ਨਹੀਂ ਹੋਈ ਤੇ ਮਿਟਾਉਣ ਲੱਗਿਆ ਦੁੱਖ ਕਾਹਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰਾਏ ਇਕੱਲੇ ਚਾਰੇ ਸਾਹਿਬਜ਼ਾਦੇ, ਰੱਬ ਦੇ ਹੁਕਮ 'ਚ ਚਾਰ ਲਕੀਰਾਂ ਸਨ ਧਰਤੀ ਤੇ, ਜਦੋਂ ਨਹੀਂ ਸਨ ਮੇਰੇ ਕੋਲ ਮੈਂ ਉਦੋਂ ਵੀ ਆਨੰਦ ਵਿੱਚ ਸਾਂ, ਅੱਜ ਨਹੀਂ ਮੈਂ ਅੱਜ ਵੀ ਆਨੰਦ ਵਿੱਚ ਆਇਆ। ਜਦੋਂ ਕੋਲ ਸੀ ਉਦੋਂ ਵੀ ਨਾਲ, ਔਰ ਇਹ ਲਕੀਰਾਂ ਮਿਟ ਗਈਆਂ ਪਰ ਮੈਨੂੰ ਮਾਣ ਹੈ ਉਹਨਾਂ ਦੇ ਗੁਣ ਨਹੀਂ ਮਿਟੇ, ਉਹ ਸਦਾ ਹੀ ਗੁਣ ਫੈਲੇ ਰਹਿਣਗੇ, ਉਹ ਅਮਰ ਹੋ ਗਏ ਨੇ, ਉਹਦੇ ਰਜ਼ਾ ਦੇ ਵਿੱਚ ਆਏ, ਉਹਦੇ ਹੁਕਮ 'ਚ ਚਲੇ ਗਏ ਤੇ ਰੋਣਾ ਖਾਦਾ। ਇਸ ਕਰਕੇ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ। ਜਦੋਂ ਮਨੁੱਖ ਇਹ ਸੋਚੇਗਾ ਕਿ ਮੈਂ ਇਸ ਧਰਤੀ ਤੇ ਪਰਾਉਣਾ ਹਾਂ, ਉਦੋਂ ਮੌਤ ਦੇ ਕਨਸੈਪਟ ਸਿੱਖ ਨੂੰ ਇਹ ਪੱਕਾ ਕਰ ਦੇਣਗੇ, ਸਿੱਖਾ ਜਿੰਨੀ ਖੁਸ਼ੀ ਨਾਲ ਆਇਆ ਉਨੀ ਖੁਸ਼ੀ ਨਾਲ ਜਾਈ, ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੁਡਾਈਏ ਮੈਨੇ, ਬਾਹਾਂ ਖੜੀਆਂ ਕਰਕੇ ਲੁੱਡੀਆਂ ਪਾਉਂਦਾ ਜਾਈ, ਖੁਸ਼ੀ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਕਿ ਮੈਂ ਜੀਵਨ ਸਫਲ ਕਰਕੇ ਚੱਲਿਆ। ਕਬੀਰ ਸੰਤ ਮੂਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ ਰੋ ਸਾਕਤ ਬਾਪਰੇ, ਜੋ ਹੱਟ ਹੱਟ ਦੇ ਗਏ। ਜਿਹੜਾ ਜੀਵਨ ਸਫਲ ਕਰ ਗਿਆ ਉਹ ਤੇ ਆਨੰਦਿਤ ਹੈ। ਕਿਆ ਬਾਤ ਹੈ, ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਜਿਹੜਾ ਮੌਤ ਦਾ ਗੁਰਬਾਣੀ ਦੇ ਆਧਾਰ 'ਤੇ, ਗੁਰਮਤਿ ਵਿਚਾਰਾਂ 'ਤੇ ਕੰਸੈਪਟ ਆਪ ਜੀ ਨੇ ਸਾਂਝਾ ਕੀਤਾ, ਆਪ ਜੀ ਦਾ ਬਹੁਤ ਬਹੁਤ ਧੰਨਵਾਦ।
ਸੰਗਤਾਂ ਨੂੰ ਵੀ ਬੇਨਤੀ ਆ ਕਿ ਆਪ ਜੀ ਨੂੰ ਵਿਚਾਰ ਚੰਗੇ ਲੱਗੇ ਹੋਣ। ਇੱਥੇ ਹੀ ਸਮੇਂ ਦੀ ਸਮਾਪਤੀ ਆ, ਹੋਈਆਂ ਭੁੱਲਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ